ਇਹ ਨੇ ਉਹ ਆੜੂ ਜਿਹੜੇ ਆਪਣੇ ਰੋਡ ਦੇ ਵਿੱਚ ਆ ਰਹੇ ਨੇ ਅਤੇ ਇਹਨਾਂ ਦਾ ਕੱਖ ਨਹੀਂ ਮਿਲਣਾ ਆਪਾਂ ਨੂੰ। ਹਾਂਜੀ, ਤੁਹਾਨੂੰ ਦਿਖਾਉਂਦੇ ਹਾਂ ਆਪਣੀ ਮੋਟਰ ਉੱਤੇ ਫਲਾਂ ਵਾਲੇ ਬੂਟੇ ਲਾਏ ਹੋਏ ਸੀਗੇ, ਬਹੁਤ ਸੋਹਣੇ। ਇਹਨਾਂ ਨੂੰ ਫਲ ਪੈ ਚੁੱਕਿਆ, ਲਗਭਗ 4-5 ਸਾਲ ਦੇ ਇਹ ਬੂਟੇ ਹੋ ਚੁੱਕੇ ਆ। ਪਿਛਲੇ 2 ਸਾਲਾਂ ਤੋਂ ਇਹਨਾਂ ਨੂੰ ਬਹੁਤ ਵਧੀਆ ਫਲ ਪੈ ਰਿਹਾ, ਪਰ ਬਦਕਿਸਮਤੀ ਨਾਲ ਇਹ ਰੋਡ ਦੇ ਵਿੱਚ ਆ ਰਹੇ ਨੇ। ਸੋ ਕਿਹੜੇ ਕਿਹੜੇ ਬੂਟੇ ਆਪਾਂ ਲਾਏ ਹੋਏ ਨੇ ਤੁਹਾਨੂੰ ਦਿਖਾਉਂਦੇ ਹਾਂ, ਵੀਡੀਓ ਅੰਤ ਤੱਕ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਅਤੇ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਨੂੰ ਦਿਖਾਉਂਦੇ ਹਾਂ ਅੱਜ ਆਪਾਂ ਆੜੂਆਂ ਦੇ ਬੂਟੇ ਜਿਹੜੇ ਆਪਣੇ ਲਾਏ ਹੋਏ ਨੇ, ਫਲ ਪੈਣਾ ਸ਼ੁਰੂ ਹੋ ਚੁੱਕਿਆ ਇਹਨਾਂ ਨੂੰ, ਦੇਖ ਸਕਦੇ ਹੋ। ਤੁਹਾਨੂੰ ਦਿਖਾਉਂਦੇ ਹਾਂ, ਬਹੁਤ ਸੋਹਣਾ ਫਲ ਪੈ ਰਿਹਾ ਜੀ, ਲਗਭਗ 4-5 ਸਾਲਾਂ ਦੇ ਬੂਟੇ ਹੋ ਚੁੱਕੇ ਜੀ ਇਹ ਆਪਣੇ। ਆਲੂ ਬੁਖਾਰਾ ਵੀ ਆ ਜੀ ਅਤੇ ਆੜੂਆਂ ਦੇ ਬੂਟੇ ਵੀ ਨੇ। ਇਹਨਾਂ ਬੂਟਿਆਂ ਨੂੰ ਜੀ ਆਪਣੇ ਰੋਡ ਵਾਲਿਆਂ ਨੇ ਪੁੱਟ ਦੇਣਾ ਵਾ ਉਸ ਸਮੇਂ ਤੱਕ, ਬਸ ਸ਼ਾਇਦ 31 ਮਾਰਚ ਤੋਂ ਬਾਅਦ। ਅਤੇ ਆਹ ਕੁਛ ਬੂਟੇ ਪੱਟ ਵੀ ਗਏ ਸੀ, ਦੇਖ ਸਕਦੇ ਹੋ ਖਾਲੀ ਪਈ ਆ ਜਿਹੜੀ ਜਗ੍ਹਾ। ਤੁਹਾਨੂੰ ਦਿਖਾਉਂਦੇ ਹਾਂ ਜੀ, 20 ਅਗਸਤ 2022 ਨੂੰ ਜਦੋਂ ਆਪਣੀ ਖੜੀ ਫਸਲ ਵਾਹ ਦਿੱਤੀ ਗਈ ਸੀ ਸਰਕਾਰ ਵੱਲੋਂ, ਇਹਨਾਂ ਵਿੱਚੋਂ ਆੜੂ ਵੀ ਕਈ ਪੱਟ ਦਿੱਤੇ ਸੀ, ਪਰ ਉਸ ਤੋਂ ਬਾਅਦ ਵਾਪਸ ਨਹੀਂ ਆਏ ਅਜੇ ਤੱਕ, ਸ਼ਾਇਦ ਕਣਕ ਵੱਢਣ ਦੀ ਦੇਰੀ ਕਰ ਵੇਟ ਕਰ ਰਹੇ ਨੇ। ਸੋ ਦੇਖ ਸਕਦੇ ਹੋ ਇੰਨੇ ਸੋਹਣੇ ਆੜੂਆਂ ਦੇ ਬੂਟੇ ਆਪਣੇ ਸਾਰੇ ਪੱਟੇ ਜਾਣੇ ਆ ਜੀ। ਆਹ ਦੇਖੋ ਜੀ ਧਿਆਨ ਨਾਲ, ਆਹ ਵੀ ਕਿੰਨਾ ਸੋਹਣਾ ਫਲ ਪਿਆ ਹੋਇਆ ਇਹਨਾਂ ਨੂੰ। ਕਿੱਡਾ ਕਿੱਡਾ ਦਰਖਤ ਬਣ ਚੁੱਕਿਆ ਜੀ ਇਹ। ਅਤੇ ਸਰਕਾਰ ਦਾ ਕਾਨੂੰਨ ਦੇਖ ਲਓ ਜੀ ਤੁਸੀਂ ਕਿ ਜ਼ਮੀਨ ਅਕੁਆਇਰ ਕਰ ਲੈਣੀ ਆ, ਪਰ ਉਹਨਾਂ ਵਿੱਚ ਜਿਹੜੇ ਬੂਟੇ ਨੇ ਜਾਂ ਦਰਖਤ ਨੇ ਉਹਨਾਂ ਦਾ ਕੋਈ ਪੈਸਾ ਦਿੱਤੇ ਬਿਨਾਂ ਕਬਜ਼ਾ ਲਿਆ ਜਾਂਦਾ ਵਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ।